ਪੀਆਰਟੀਸੀ ਪਨਬੱਸ ਦੇ ਮੁਲਾਜ਼ਮਾਂ ਨੇ ਜੋ ਹੜਤਾਲ ਕਰਨੀ ਸੀ ਉਹ ਫੈਸਲਾ ਬਦਲ ਦਿੱਤਾ ਗਿਆ, ਵਾਪਸ ਲੈ ਲਿਆ ਗਿਆ। ਫੈਸਲੇ ਨੂੰ 52 ਤੋਂ ਵੱਧ ਸਵਾਰੀਆਂ ਬਿਠਾਉਣ ਦਾ ਫੈਸਲਾ ਹੁਣ ਵਾਪਸ ਲੈ ਲਿਆ ਗਿਆ। ਪੰਜਾਬ ਰੋਡਵੇਜ਼ ਪਨਬੱਸ ਪੀਆਰਟੀਸੀ ਵਰਕਰ ਯੂਨੀਅਨ ਦੀਆਂ ਮੰਗਾਂ ਨੂੰ ਪ੍ਰਵਾਨਗੀ ਇੱਥੇ ਮਿਲ ਗਈ ਹੈ, ਸਰਕਾਰ ਵੱਲੋਂ ਇਹ ਪ੍ਰਵਾਨਗੀ ਮਿਲ ਗਈ ਹੈ। ਤਾਂ ਇੱਥੇ ਦੱਸ ਦਈਏ ਕਿ ਹੁਣ ਇੱਥੇ ਵੇਖਿਆ ਗਿਆ ਕਿ ਪੰਜਾਬ ਸਰਕਾਰ ਨੇ ਯੂਨੀਅਨ ਦੀਆਂ ਸਾਰੀਆਂ ਮੰਗਾਂ ਜਦੋਂ ਮੰਨ ਲਈਆਂ ਤਾਂ ਹੁਣ 52 ਸਵਾਰੀਆਂ ਦੇ ਮਸਲੇ ਤੇ ਯੂਨੀਅਨ ਨਰਮ ਪਈ ਨਜ਼ਰ ਆ ਰਹੀ ਹੈ। ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਆਗੂਆਂ ਤੇ ਪੰਜਾਬ ਸਰਕਾਰ ਦੇ ਉੱਚ ਪੱਧਰੀ ਨੁਮਾਇੰਦਿਆਂ ਨਾਲ ਇੱਕ ਪੈਨਲ ਮੀਟਿੰਗ ਜੋ ਕੀਤੀ ਗਈ ਚੰਡੀਗੜ੍ਹ ਵਿੱਚ ਇਹ ਮੀਟਿੰਗ ਹੋਈ ਸੀ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ। ਇਸ ਮਗਰੋਂ ਯੂਨੀਅਨ ਨੇ ਇੱਕ ਦਿਨ ਪਹਿਲਾਂ ਹੀ 3 ਰੋਜ਼ਾ ਹੜਤਾਲ ਕਰਨ, ਰੈਲੀਆਂ ਵਿੱਚ ਬੱਸਾਂ ਨਾ ਲਿਜਾਣ ਤੇ 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਦਾ ਫੈਸਲਾ ਵਾਪਸ ਲੈ ਲਿਆ। ਤੇ ਯੂਨੀਅਨ ਦੇ ਸੂਬਾਈ ਬੁਲਾਰੇ ਦਾ ਵੀ ਇੱਥੇ ਸਿੱਧੇ ਤੌਰ ਤੇ ਕਹਿਣਾ ਹੈ ਕਿ ਇਸ ਮੀਟਿੰਗ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ, ਉੱਚ ਅਧਿਕਾਰੀ ਤੇ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਹੋਰ ਅਹੁਦੇਦਾਰ ਮੌਜੂਦ ਰਹੇ। ਪੈਨਲ ਮੀਟਿੰਗ ਦੌਰਾਨ ਸਰਕਾਰ ਵੱਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ, ਜਿਨ੍ਹਾਂ ਵਿੱਚ ਕੱਚੇ ਮੁਲਾਜ਼ਮ ਪੱਕੇ ਕਰਨਾ, ਠੇਕੇਦਾਰੀ ਸਿਸਟਮ ਰੱਦ ਕਰਨਾ, ਕਿਲੋਮੀਟਰ ਸਕੀਮ ਦੀ ਥਾਂ ਆਪਣੀਆਂ ਬੱਸਾਂ ਪਾਉਣਾ ਆਦਿ ਸ਼ਾਮਲ ਨੇ। ਤੇ ਦਲਜੀਤ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ। ਦਲਜੀਤ, ਇੱਥੇ ਫੈਸਲਾ ਕੀਤਾ ਗਿਆ ਸੀ ਕਿ 3 ਰੋਜ਼ਾ ਹੜਤਾਲ ਇੱਥੇ ਕੀਤੀ ਜਾਵੇਗੀ ਤੇ ਉੱਥੇ ਹੀ ਰੈਲੀਆਂ ਵਿੱਚ ਬੱਸਾਂ ਨਹੀਂ ਲਿਜਾਈਆਂ ਜਾਣਗੀਆਂ ਤੇ 52 ਤੋਂ ਵੱਧ ਸਵਾਰੀਆਂ ਕਾਰਨ, ਜਿਸ ਕਾਰਨ ਲੋਕ ਵੈਸੇ ਹੀ ਪਰੇਸ਼ਾਨ ਨੇ, ਤੇ ਇਹਨਾਂ ਨੂੰ ਨਾ ਬਿਠਾਉਣ ਦਾ ਫੈਸਲਾ ਹੁਣ ਵਾਪਸ ਲੈ ਲਿਆ ਗਿਆ। ਜੋ ਮੀਟਿੰਗ ਹੋਈ ਉਸ ਮੀਟਿੰਗ ਵਿੱਚ ਕੀ ਕੁਝ ਹੋਇਆ? ਬਿਲਕੁਲ ਨੀਲਮ, ਕਹਿ ਸਕਦੇ ਕਿ ਮੀਟਿੰਗ ਦੇ ਵਿੱਚ ਜੋ ਮੁਲਾਜ਼ਮ ਸੀ ਪੀਆਰਟੀਸੀ ਦਾ ਪਨਬੱਸ ਸਰਕਾਰੀ ਮੁਲਾਜ਼ਮ ਸੀ, ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਅਤੇ ਜੇ ਉਹ ਕੰਟਰੈਕਟ ਬੇਸ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ। ਹਰ ਸਾਲਾਨਾ ਪਿੱਛੇ ਹਰ ਸਾਲ 5% ਜਿਹੜਾ ਉਹਨਾਂ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ। ਜੋ ਵਰਕਰ ਜਾਂ ਕਾਮੇ ਪੀਆਰਟੀਸੀ ਦੇ ਵਿੱਚ ਕੰਮ ਕਰ ਰਹੇ ਨੇ, ਘੱਟ ਤਨਖਾਹਾਂ 'ਤੇ ਕੰਮ ਕਰ ਰਹੇ ਨੇ, ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ। ਨਾਲ ਹੀ ਜੋ ਬੱਸਾਂ ਦੇ ਵਿੱਚ ਵਾਧਾ ਕੀਤਾ ਜਾਵੇ, ਪੀਆਰਟੀਸੀ ਦੀ ਪਨਬੱਸ ਵਿੱਚ ਵਾਧਾ ਕੀਤਾ ਜਾਵੇ, ਤਾਂ ਜੋ ਜਿਸ ਤਰੀਕੇ ਨਾਲ ਪਹਿਲਾਂ 52 ਸਵਾਰੀਆਂ ਬਿਠਾਉਣ ਦੀ ਸਿਰਫ ਗੱਲ ਹੋਈ ਸੀ ਅਤੇ ਉਹ ਹੁਣ ਕਹਿ ਸਕਦੇ ਕਿ ਮੁਲਾਜ਼ਮਾਂ ਵੱਲੋਂ ਯੂਨੀਅਨ ਵੱਲੋਂ ਰੱਦ ਕਰ ਦਿੱਤਾ ਗਿਆ। ਇਹ ਇੱਕ ਸ਼ਰਤ ਰੱਖੀ ਗਈ ਹੈ ਕਿ ਬੱਸਾਂ ਵਿੱਚ ਵਾਧਾ ਕੀਤਾ ਜਾਵੇ, ਬੱਸਾਂ ਵੱਧ ਪਾਈਆਂ ਜਾਣ ਤਾਂ ਜੋ ਅਜਿਹੇ ਵਿੱਚ ਹਾਦਸਿਆਂ ਤੋਂ ਵੀ ਬਚਿਆ ਜਾ ਸਕੇ, ਕਿਉਂਕਿ ਜੋ ਹਿੱਟ ਐਂਡ ਰਨ ਦਾ ਕਾਨੂੰਨ ਉਹਨਾਂ ਵੱਲੋਂ ਉਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀਗਾ। ਨਾਲ ਹੀ ਹੁਣ ਉਹਨਾਂ ਵੱਲੋਂ ਇੱਕ ਗੱਲ ਹੋਰ ਵੀ ਕਹੀ ਗਈ ਹੈ ਕਿ ਜੋ 16 ਫਰਵਰੀ ਉਹ ਜਾਰੀ ਰਹੇਗੀ, ਪਰ ਜੋ 13, 14, 15 ਨੂੰ ਜੋ ਹੋਲੀਡੇ ਸੀ, ਜੋ ਹੜਤਾਲ ਸੀ ਉਹ ਜਿਹੜੀ ਕਿ ਮੁਲਤਵੀ ਕਰ ਦਿੱਤੀ ਗਈ ਹੈ, ਕਿਉਂਕਿ ਮੰਗਾਂ ਤੇ ਗੌਰ ਕੀਤੀ ਜਾ ਚੁੱਕੀ ਹੈ। ਜੀ ਨੀਲਮ, ਦਲਜੀਤ, 13, 14, 15 ਫਰਵਰੀ ਲਈ ਇਹ ਸੂਬਾਈ ਹੜਤਾਲ ਐਲਾਨੀ ਗਈ ਸੀ, ਪਰ ਇਸ ਤੋਂ ਪਹਿਲਾਂ ਹੀ ਮੀਟਿੰਗ ਕਰ ਲਈ ਜਾਂਦੀ ਹੈ। ਕੀ ਹੁਣ 52 ਸਵਾਰੀਆਂ ਦੇ ਮਸਲੇ ਤੇ ਵੀ ਯੂਨੀਅਨ ਨਰਮ ਪੈਂਦੀ ਹੋਈ ਨਜ਼ਰ ਆ ਰਹੀ ਹੈ? ਉਸ ਕਾਰਨ ਸਭ ਤੋਂ ਜ਼ਿਆਦਾ ਜੋ ਰਾਹਗੀਰ ਸਨ ਉਹ ਪਰੇਸ਼ਾਨ ਹੋ ਰਹੇ ਸਨ, ਤੇ ਪਹਿਲਾਂ ਰਾਹਤ ਸਵੇਰੇ ਤੇ ਸ਼ਾਮ ਨੂੰ ਤਾਂ ਜ਼ਰੂਰ ਦਿੱਤੀ ਗਈ, ਪਰ ਕੀ ਦਿਨ ਵੇਲੇ ਵੀ ਹੁਣ ਰਾਹਤ ਦੇ ਦਿੱਤੀ ਗਈ ਹੈ? ਨੀਲਮ, ਨਹੀਂ, ਇਸ ਵਿੱਚ ਇਸ ਚੀਜ਼ ਵਿੱਚ ਉਹੀ ਸ਼ਰਤ ਰੱਖੀ ਗਈ ਹੈ ਕਿ ਜੋ 52 ਸਵਾਰੀਆਂ ਸੀ, ਕਿਉਂਕਿ ਬਹੁਤ ਸਾਰੇ ਮੁਲਾਜ਼ਮ ਡਿਊਟੀਆਂ ਤੇ ਜਾਂਦੇ ਨੇ, ਕੋਈ ਇੱਕ ਜ਼ਿਲ੍ਹੇ ਤੋਂ ਦੂਸਰੇ ਜ਼ਿਲ੍ਹੇ ਤੱਕ ਜੋ ਜਾਂਦੇ ਨੇ, ਪਰ ਬੱਸ ਦੇ ਵਿੱਚ ਜਗ੍ਹਾ ਨਾ ਹੋਣ ਕਰਕੇ ਅਗਰ 52 ਸਵਾਰੀਆਂ ਹੀ ਬੈਠਣਗੀਆਂ ਤਾਂ ਉਹ ਕੰਮੇ ਕਿਤੇ ਨਾ ਕਿਤੇ ਲੇਟ ਹੁੰਦੇ ਨਜ਼ਰ ਆਉਣਗੇ, ਤੇ ਰਾਤ ਦੇ ਵਕਤ ਕਈ ਵਾਰ ਸ਼ਾਮੀ ਲੇਟ ਡਿਊਟੀ ਜਾਂ ਕਾਲਜਾਂ ਤੋਂ ਵਿਦਿਆਰਥੀ
ਆਪਣੇ ਘਰਾਂ ਤੱਕ ਪਰਤਦੇ ਨੇ, ਜੋ ਚੰਡੀਗੜ੍ਹ ਤੋਂ ਜਾਂ ਲੁਧਿਆਣਾ ਜਾ ਰਹੇ ਨੇ, ਲੁਧਿਆਣਾ ਤੋਂ ਮੋਗਾ ਜਾ ਰਹੇ ਨੇ। ਅਜਿਹੇ ਵਿੱਚ ਅਗਰ 52 ਸਵਾਰੀ ਹੀ ਬਿਠਾਈਆਂ ਜਾਣਗੀਆਂ ਤਾਂ ਉਹ ਲੋਕਾਂ ਨੂੰ ਦਿੱਕਤ ਹੋ ਸਕਦੀ ਆ, ਅਜਿਹੇ ਵਿੱਚ ਕਹਿ ਸਕੀਏ ਵੱਡੇ ਲੋਕਾਂ ਨੂੰ ਤੰਗ ਪਰੇਸ਼ਾਨੀ ਵੀ ਹੋ ਸਕਦੀ ਹੈ। ਜੀ ਬਹੁਤ ਸ਼ੁਕਰੀਆ ਦਲਜੀਤ ਤਮਾਮ ਜਾਣਕਾਰੀ ਦੇ ਲਈ। ਤਾਂ ਇੱਥੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਇੱਥੇ ਮੰਨ ਲਈ ਗਈ ਹੈ ਅਤੇ ਹੋਰ ਵੀ ਜੋ ਇੱਥੇ ਮੰਗਾਂ ਸਨ ਉਹਨਾਂ ਨੂੰ ਵੀ ਪ੍ਰਵਾਨਗੀ ਮਿਲਦੀ ਹੋਈ ਨਜ਼ਰ ਆਈ ਹੈ।